ਪੰਜਾਬ ਪੁਲਿਸ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜੀ ਹਾਂ, ਬ੍ਰੇਕ ਫੇਲ ਹੋਣ ਕਾਰਨ ਇਹ ਬੱਸ ਬੇਕਾਬੂ ਹੋ ਗਈ ਤੇ ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਦੀ ਬੱਸ ਨਾਲ ਇਹ ਹਾਦਸਾ ਹੋਇਆ, ਲੁਧਿਆਣਾ ਬੱਸ ਸਟੈਂਡ ਕੋਲ ਇਹ ਹਾਦਸਾ ਵਾਪਰਿਆ ਤਾਂ ਇੱਥੇ ਬੇਕਾਬੂ ਹੋ ਕੇ ਬੱਸ ਸ਼ਰਾਬ ਦੇ ਠੇਕੇ ਨਾਲ ਜਾ ਟਕਰਾਈ ਤੇ ਹਾਦਸੇ ਵਿੱਚ ਠੇਕੇ ਦਾ ਸ਼ਟਰ ਟੁੱਟ ਗਿਆ। ਹਾਦਸੇ ਸਮੇਂ ਬੱਸ ਵਿੱਚ 13 ਪੰਜਾਬ ਪੁਲਿਸ ਦੇ ਮੁਲਾਜ਼ਮ ਮੌਜੂਦ ਸਨ। 4 ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਇਸ ਦੌਰਾਨ ਲੱਗੀਆਂ ਨੇ। ਪੰਜਾਬ ਪੁਲਿਸ ਦੀ ਬੱਸ ਬ੍ਰੇਕ ਫੇਲ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਬੇਕਾਬੂ ਇਹ ਬੱਸ ਹੋ ਗਈ ਸੀ, ਸ਼ਰਾਬ ਦੇ ਠੇਕੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਠੇਕੇ ਦਾ ਸ਼ਟਰ ਟੁੱਟ ਗਿਆ। 13 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਇਸ ਬੱਸ ਵਿੱਚ ਸਵਾਰ ਸਨ। ਗਨੀਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 4 ਪੁਲਿਸ ਮੁਲਾਜ਼ਮਾਂ ਦੇ ਹਾਲਾਂਕਿ ਸੱਟਾਂ ਲੱਗੀਆਂ ਨੇ ਤੇ ਥਾਣਾ ਡਿਵੀਜ਼ਨ ਨੰਬਰ 5 ਪੁਲਿਸ ਮੌਕੇ ਤੇ ਪਹੁੰਚੀ ਤੇ ਇਸ ਪੂਰੀ ਘਟਨਾ ਦਾ ਜਾਇਜ਼ਾ ਲਿਆ, ਨਾਲ ਹੀ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਇਲਾਜ ਇੱਥੇ ਕਰਵਾਇਆ ਗਿਆ। ਫੇਲ ਹੋ ਗਈ ਬੱਸ ਦੀ, ਕਹਿੰਦੇ ਡਰਿੰਕ ਵਗੈਰਾ ਕੀਤੀ ਸੀ ਕਾਫੀ। ਆਹੋ, ਡਰਿੰਕ ਕੀਤੀ ਹੋਈ ਹੈ। ਕਿੰਨਾਂ ਨੇ ਕੀਤੀ ਸੀ ਜੀ? ਪੰਜਾਬ ਪੁਲਿਸ। ਪੰਜਾਬ ਪੁਲਿਸ ਨੇ ਡਰਿੰਕ ਕੀਤੀ ਹੋਈ? ਦੋ ਬੰਦੇ ਥੱਲੇ ਦਿੱਤੇ ਆ। ਦੋ ਭੱਜ ਗਏ ਬੰਦੇ? ਆਪ ਭੱਜ ਗਏ? ਆਪ ਭੱਜ ਚੁੱਕੇ ਜੀ। ਰਾਜਵਿੰਦਰ ਜੁੜ ਗਏ ਨੇ ਜ਼ਿਆਦਾ ਜਾਣਕਾਰੀ ਦੇਣ ਲਈ। ਰਾਜਵਿੰਦਰ, ਕਦੋਂ ਇਹ ਹਾਦਸਾ ਵਾਪਰਿਆ ਜੋ ਪੰਜਾਬ ਪੁਲਿਸ ਦੀ ਬੱਸ ਇਹ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਸਮੇਂ ਦਾ ਕੀ ਅਪਡੇਟ ਹੈ, ਕਿੰਨੇ ਪੁਲਿਸ ਮੁਲਾਜ਼ਮ ਜ਼ਖਮੀ ਨੇ? ਜੀ ਬਿਲਕੁਲ, ਬੀਤੀ ਰਾਤ ਜਿਹੜਾ ਇਹ ਹਾਦਸਾ ਵਾਪਰ ਜਾਂਦਾ, ਤਕਰੀਬਨ ਰਾਤ 9:30 ਦਾ ਸਮਾਂ ਸੀ ਜਿਸ ਸਮੇਂ ਇਹ ਹਾਦਸਾ ਵਾਪਰਦਾ ਹੈ। ਪੁਲਿਸ ਬੱਸ ਜੋ ਕਿ ਚੰਡੀਗੜ੍ਹ ਤੋਂ ਡਿਊਟੀ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਆ ਰਹੀ ਸੀ, ਅਚਾਨਕ ਬ੍ਰੇਕ ਫੇਲ ਹੋਣ ਦੇ ਚੱਲਦਿਆਂ ਲੁਧਿਆਣਾ ਬੱਸ ਅੱਡੇ ਦੇ ਸਾਹਮਣੇ ਬਣੇ ਠੇਕੇ ਦੇ ਵਿੱਚ ਜਾ ਵੜਦੀ ਹੈ, ਜਿੱਥੇ ਕਿ ਕੁਝ ਜਿਹੜੀਆਂ ਗੱਡੀਆਂ ਖੜੀਆਂ ਸਨ ਉਹਨਾਂ ਦਾ ਜ਼ਰੂਰ ਨੁਕਸਾਨ ਹੁੰਦਾ ਹੈ। ਇੱਕ ਵਿਅਕਤੀ ਜੋ ਮੋਟਰਸਾਈਕਲ ਤੇ ਆ ਰਿਹਾ ਸੀ ਉਸਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਜਾਂਦਾ। ਬੇਸ਼ੱਕ ਮੌਕੇ ਦੇ ਉੱਤੇ ਲੋਕਾਂ ਦਾ ਕਹਿਣਾ ਸੀ ਕਿ ਐਂਬੂਲੈਂਸ ਨਹੀਂ ਪਹੁੰਚੀ, ਆਟੋ ਦੇ ਵਿੱਚ ਹੀ ਜਿਹੜਾ ਜ਼ਖਮੀਆਂ ਨੂੰ ਜਿਹੜਾ ਹਸਪੀਟਲ ਭੇਜਿਆ ਗਿਆ। ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਵੱਡਾ ਨੁਕਸਾਨ ਹੋਣੋਂ ਬਚ ਗਿਆ। ਬ੍ਰੇਕ ਫੇਲ ਹੋਣ ਦੀ ਗੱਲ ਕਹੀ ਜਾ ਰਹੀ ਹੈ, ਬੇਸ਼ੱਕ ਡਰਾਈਵਰ ਜੋ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ, ਪਰ ਪੁਲਿਸ ਦਾ ਕਹਿਣਾ ਸੀ ਕਿ ਅਚਾਨਕ ਬ੍ਰੇਕ ਫੇਲ ਹੋ ਗਏ। ਜੋ ਅਧਿਕਾਰੀ ਵਿੱਚ ਬੈਠੇ ਸਨ ਉਹਨਾਂ ਦਾ ਕਹਿਣਾ ਸੀ ਕਿ ਬ੍ਰੇਕ ਫੇਲ ਹੋਣ ਕਾਰਨ ਹਾਦਸਾ ਹੋਇਆ ਹੈ। ਉੱਥੇ ਹੀ ਮੌਕੇ ਦੇ 5 ਨੰਬਰ ਡਿਵੀਜ਼ਨ ਥਾਣਾ ਦੇ ਅਧਿਕਾਰੀ ਪਹੁੰਚੇ, ਉਹਨਾਂ ਵੱਲੋਂ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਜਾਵੇਗੀ, ਪਰ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਬਚਾਅ ਹੋਇਆ ਜੀ। ਰਾਜਵਿੰਦਰ, ਬੱਸ ਦੀ ਹਾਲਤ ਅਸੀਂ ਵੇਖ ਪਾ ਰਹੇ ਹਾਂ, ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਜੀ ਬਿਲਕੁਲ, ਕਿਤੇ ਨਾ ਕਿਤੇ ਜਦੋਂ ਬੱਸ ਉੱਪਰੋਂ ਬੱਸ ਅੱਡੇ ਦੇ ਪੁਲ ਤੋਂ ਉੱਤਰ ਕੇ ਆ ਰਹੀ ਸੀ ਤਾਂ ਬ੍ਰੇਕ ਫੇਲ ਹੋ ਗਿਆ ਸੀ, ਜਿਸਦੇ ਚੱਲਦਿਆਂ ਬੜੀ ਤੇਜ਼ੀ ਨਾਲ ਜਿਹੜੀ ਹੈ ਠੇਕੇ ਦੇ ਵਿੱਚ ਜਾ ਵੜੀ ਬੱਸ। ਉੱਥੇ ਹੀ ਕੁਝ ਲੋਕ ਜੋ ਉੱਥੇ ਲੰਘ ਰਹੇ ਸਨ ਜਾਂ ਬੈਠੇ ਸਨ ਉਹਨਾਂ ਦੇ ਵੀ ਜ਼ਰੂਰ ਸੱਟਾਂ ਲੱਗੀਆਂ, ਬੱਸ ਦੇ ਵਿੱਚ ਸਵਾਰ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ। ਚੰਡੀਗੜ੍ਹ ਤੋਂ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਬੱਸ ਆ ਰਹੀ ਸੀ ਫਿਰੋਜ਼ਪੁਰ ਜਾਣਾ ਸੀ, ਬੱਸ ਨੇ ਮੁਲਾਜ਼ਮਾਂ ਨੂੰ ਲੈ ਕੇ, ਪਰ ਅਚਾਨਕ ਬ੍ਰੇਕ ਫੇਲ ਹੋਣ ਦੇ ਚੱਲਦਿਆਂ ਇੱਕ ਵੱਡਾ ਜਿਹੜਾ ਐਕਸੀਡੈਂਟ ਹੋ ਜਾਂਦਾ ਹੈ, ਪਰ ਜਾਨੀ ਨੁਕਸਾਨ ਤੋਂ ਵੱਡਾ ਬਚਾਅ ਹੋਇਆ ਹੈ ਜੀ। ਰਾਜਵਿੰਦਰ, ਕੀ ਕਿਸੇ ਹੋਰ ਵਾਹਨ ਨਾਲ ਵੀ ਟਕਰਾਈ ਹੈ ਬੱਸ ਜਦੋਂ ਬੇਕਾਬੂ ਹੋਈ ਹੈ? ਜੀ ਬਿਲਕੁਲ, ਇੱਕ ਮੋਟਰਸਾਈਕਲ ਸਵਾਰ ਜੋ ਕਿ ਡਿਊਟੀ ਸਿਕਿਉਰਿਟੀ ਗਾਰਡ ਦੀ ਡਿਊਟੀ ਦੇ ਕੇ ਆ ਰਿਹਾ ਸੀ ਉਸ ਨੂੰ ਵੀ ਜਿਹੜਾ ਵੱਡਾ ਨੁਕਸਾਨ ਹੋਇਆ, ਉਸਦੇ ਵੀ ਕਾਫੀ ਜਿਹੜੀਆਂ ਸੱਟਾਂ ਲੱਗੀਆਂ ਨੇ। ਉੱਥੇ ਹੀ ਇੱਕ ਕਾਰ ਵੀ ਜਿਹੜੀ ਆ ਇਸਦੇ ਨਾਲ ਜਿਹੜੀ ਨੁਕਸਾਨੀ ਗਈ ਹੈ, ਹੋਰ ਕਈ ਵਾਹੀਕਲ ਜਿਹੜੇ ਨੇ ਉਹ ਵੀ ਨੁਕਸਾਨੇ ਗਏ ਨੇ ਤੇ ਠੇਕੇ ਦੇ ਅੰਦਰ ਜਾ ਵੜਦੀ ਹੈ ਬੱਸ ਤੇ ਉੱਥੇ ਠੇਕੇ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਉਸਦਾ ਜਿਹੜਾ ਸੈਟਰ ਹੈ ਪੱਟਿਆ ਜਾਂਦਾ, ਕਿਤੇ ਨਾ ਕਿਤੇ ਰਾਤ ਨੂੰ ਹੀ ਰਿਪੇਅਰ ਜਿਹੜਾ ਉਹਨਾਂ ਵੱਲੋਂ ਕਰਵਾਉਣ ਦੀ ਜਿਹੜੀ ਗੱਲ ਕਹੀ ਜਾ ਰਹੀ ਸੀ। ਜ਼ਰੂਰ ਅਸੀਂ ਕਹਾਂਗੇ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ, ਪਰ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡੇ ਜਾਨੀ ਨੁਕਸਾਨ ਤੋਂ ਜਿਹੜਾ ਬਚਾਅ ਹੋ ਗਿਆ। ਕੁਝ ਪੁਲਿਸ ਮੁਲਾਜ਼ਮ ਜ਼ਰੂਰ ਜ਼ਖਮੀ ਹੋਏ ਨੇ ਜਾਂ ਆਮ ਲੋਕਾਂ ਦੇ ਜ਼ਰੂਰ ਕੁਝ ਸੱਟਾਂ ਲੱਗੀਆਂ ਨੇ, ਪਰ ਜਾਨੀ ਨੁਕਸਾਨ ਤੋਂ ਵੱਡਾ ਜਿਹੜਾ ਬਚਾਅ ਹੋਇਆ ਜੀ। ਬਹੁਤ ਸ਼ੁਕਰੀਆ ਰਾਜਵਿੰਦਰ ਤਮਾਮ ਜਾਣਕਾਰੀ ਦੇ ਲਈ। ਤਾਂ 4 ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਨੇ, ਇੱਕ ਮੋਟਰਸਾਈਕਲ ਨਾਲ ਵੀ ਟੱਕਰ ਹੋਈ ਹੈ ਤੇ ਬੇਕਾਬੂ ਹੋ ਗਈ ਸੀ ਇਹ ਬੱਸ ਬ੍ਰੇਕ ਫੇਲ ਕਾਰਨ ਇਸ ਸਮੇਂ ਹਾਦਸੇ ਦਾ ਦੱਸਿਆ ਜਾ ਰਿਹਾ।
ਬੱਸ ਦੇ ਵਿੱਚ ਸੀ ਤੁਸੀਂ? ਮੈਂ ਮੋਟਰਸਾਈਕਲ ਤੇ ਆਪਣੇ ਘਰ ਆ ਰਿਹਾ ਸੀ, ਬੱਸ ਸਟੈਂਡ ਫਲਾਈਓਵਰ ਤੋਂ ਇਹਨਾਂ ਨੇ ਪਿੱਛੋਂ ਮਾਰਿਆ, ਇਹਨਾਂ ਦੀ ਬ੍ਰੇਕ ਫੇਲ ਹੋ ਗਈ, ਗੱਡੀ ਵੀ ਦੇਖੋ ਇਹਨਾਂ ਦੀ ਕਿੱਥੇ ਵੜ ਗਈ, ਮੇਰੀ ਬੁਰੀ ਹਾਲਤ ਕਰ ਛੱਡੀ, ਮੇਰਾ ਮੋਟਰਸਾਈਕਲ ਤੋੜਤਾ ਸਰ। ਮੈਂ ਉਸ ਵਾਲ 'ਚ ਸਿਕਿਉਰਿਟੀ ਗਾਰਡ ਹਾਂ ਮੇਨ ਗੇਟ 'ਤੇ। ਯੂਨਿਟ ਕਿੰਨੇ ਕੁ ਲੋਕ ਜ਼ਖਮੀ ਕੀਤੇ ਇਹਨਾਂ ਨੇ? ਪਤਾ ਨਹੀਂ, ਮੈਨੂੰ ਹੋਸ਼ ਨਹੀਂ, ਮੇਰੀ ਲੱਗਦਾ ਵੀ ਇਹਨਾਂ ਨੇ ਕੋਈ ਡਰਿੰਕ ਵਗੈਰਾ ਕੀਤੀ ਸੀ ਤੇ ਕੰਟਰੋਲ ਨਹੀਂ ਹੋਈ। ਮੈਨੂੰ ਨਹੀਂ ਪਤਾ ਸਰ, ਮੈਨੂੰ ਨਹੀਂ ਪਤਾ ਸਰ, ਮੈਂ ਹਜੇ ਤੱਕ ਕੋਈ ਨਹੀਂ ਆਇਆ ਸਰ। ਕਿੰਨੀ ਦੇਰ ਹੋ ਗਏ ਬਾਕੀ ਆਏ ਨੂੰ? 15 ਡਰਾਈਵਰ ਇਹਨਾਂ ਦਾ ਭੱਜ ਗਿਆ ਜੀ, ਗੱਡੀ ਦੀ ਬ੍ਰੇਕ ਫੇਲ ਹੋ ਗਈ ਹੈ, ਬ੍ਰੇਕ ਹੈ ਨਹੀਂ ਗਈ। ਤੇ ਹੁਣ ਤੁਸੀਂ ਮੌਕੇ ਤੇ ਗੱਡੀ ਬਾਹਰ ਕੱਢੀ ਆਈ? ਹਾਂਜੀ ਮੈਂ ਕੱਢੀ ਆਈ। ਤੇ ਕਹਿਣ ਲੱਗਾ ਡਰਾਈਵਰ ਜਾਣਦੇ ਸੀ? ਹਾਂਜੀ ਹਾਂਜੀ ਮੈਂ ਡਰਾਈਵਰ ਹੀ ਹਾਂ। ਤੇ ਆਪ ਡਰਾਈਵਰ ਭੱਜ ਗਏ ਨੇ? ਡਰਾਈਵਰ ਭੱਜ ਗਏ। ਕਿੰਨੇ ਮੁਲਾਜ਼ਮ ਸੀ ਪਤਾ ਜੀ ਕੁਲ? ਆ 5-7 ਜਣੇ ਹੈਗੇ ਜੀ, 5-7 ਜਣੇ ਸਟਾਫ ਹੀ ਆਈ।